ਮੇਰੀ ਕਦੋਂ ਹੋਇਆ ਸੀ ਤੁਹਾਡਾ ਮਿਨੀ ਗੈਸਟ੍ਰਿਕ ਬਾਈਪਾਸ? ਮੇਰਾ 9 ਮਾਰਚ 2013 ਚ ਹੋਇਆ ਸੀ। 10-11 ਮਹੀਨੇ ਹੋ ਗਏ ਨਾ? ਹਾਂਜੀ। ਤੇ ਕਿੰਨਾ ਭਾਰ ਸੀਗਾ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ? ਭਾਰ ਮੇਰਾ 140 ਸੀ ਜੀ ਪਹਿਲਾਂ। ਹਾਂਜੀ। ਅੱਜ 85 ਹੈ ਜੀ। ਅੱਛਾ, ਮਤਲਬ 55 ਕਿਲੋ ਭਾਰ ਘਟ ਗਿਆ ਨਾ ਤੁਹਾਡਾ ਟੋਟਲ। ਤੇ ਕੀ ਦਿੱਕਤ ਆ ਰਹੀ ਸੀ ਤੁਹਾਨੂੰ ਆਪਰੇਸ਼ਨ ਤੋਂ ਪਹਿਲਾਂ? ਦਿੱਕਤ ਇੱਕ ਤਾਂ ਜੇ ਪੌੜੀਆਂ ਚੜ੍ਹਦਾ ਸੀ ਤਾਂ ਸਾਹ ਬੜਾ ਚੜ੍ਹਦਾ ਸੀਗਾ ਜੀ। ਅੱਛਾ ਜੀ। ਤੇ ਵੈਸੇ ਵੀ ਚੌਂਕੜੀ ਮਾਰ ਕੇ ਨਹੀਂ ਬੈਠ ਹੁੰਦਾ ਸੀ, ਪੈਰਾਂ ਭਾਰ ਨਹੀਂ ਬੈਠ ਹੁੰਦਾ ਸੀ। ਅੱਛਾ। ਤੇ ਸ਼ੂਗਰ ਸੀ ਤੁਹਾਨੂੰ? ਨਹੀਂ, ਸ਼ੂਗਰ ਨਹੀਂ, ਬੀਪੀ ਵੱਧਦਾ ਸੀਗਾ। ਅੱਛਾ, ਬੀਪੀ ਸੀਗਾ। ਤੇ ਹੁਣ ਕਿੱਦਾਂ ਹੈ ਸਾਹ ਵਗੈਰਾ, ਹੁਣ ਚੜ੍ਹਦਾ ਹੈ? ਨਹੀਂ ਨਹੀਂ, ਸਾਰਾ ਵੀ ਕੰਮ ਖਤਮ ਹੋ ਗਿਆ, ਬਿਲਕੁਲ ਨੋਰਮਲ ਆ ਗਿਆ। ਅੱਛਾ ਜੀ। ਤੇ ਵੈਸੇ ਵੀ ਬੀਪੀ ਵੀ ਕੰਟਰੋਲ ਚ ਆ ਹੁਣ। ਬੀਪੀ ਵੀ ਠੀਕ ਆ? ਹਾਂਜੀ, ਓਕੇ, ਕੰਟਰੋਲ ਚ ਆ ਗਿਆ। ਹਾਂਜੀ। ਤੇ ਬਾਕੀ ਸਨੋਰਿੰਗ ਹੁੰਦੀ ਸੀ ਪਹਿਲਾਂ, ਕਰਾੜੇ ਵਗੈਰਾ ਵੱਜਦੇ ਸੀ? ਹਾਂਜੀ, ਕਰਾੜੇ ਕਾਫੀ ਵੱਜਦੇ ਸੀਗੇ, ਉਹ ਵੀ ਤਕਰੀਬਨ ਆਪਰੇਟ ਤੋਂ 6 ਮਹੀਨੇ ਬਾਅਦ ਉਹ ਵੀ ਸਾਰਾ ਸੋਲਵ ਹੋ ਗਿਆ, ਮਤਲਬ ਉਹ ਵੀ ਠੀਕ ਨੇ। ਹਾਂਜੀ। ਤੇ ਬਾਕੀ ਡਾਈਟ ਵਗੈਰਾ ਕਿੱਦਾਂ ਦੀ ਲੈ ਰਹੇ ਤੁਸੀਂ? ਡਾਈਟ ਨੋਰਮਲ, ਮੈਂ 3 ਟਾਈਮ ਇੱਕ ਇੱਕ ਰੋਟੀ ਜਿੱਦਾਂ ਖਾ ਲੈਂਦਾ, ਕਈ ਵਾਰੀ ਕਿਸੇ ਟਾਈਮ 2 ਵੀ ਖਾਧੀਆਂ ਜਾਂਦੀਆਂ ਨੇ। ਠੀਕ ਹੈ, ਮਤਲਬ ਕੋਈ ਦਿੱਕਤ ਤਾਂ ਨਹੀਂ ਆਉਂਦੀ? ਨਹੀਂ ਹੁਣ ਨਹੀਂ। ਤੁਸੀਂ ਹੈਲਦੀ ਡਾਈਟ ਵੱਲ ਹੀ ਧਿਆਨ ਰੱਖਣਾ, ਦੁੱਧ ਦਹੀਂ ਲੱਸੀ ਪਨੀਰ ਜ਼ਿਆਦਾ ਹੀ ਲੈਣਾ। ਠੀਕ ਹੈ। ਫਰੂਟਸ ਵਗੈਰਾ ਵੈਜੀਟੇਬਲਸ ਵੀ ਜ਼ਿਆਦਾ ਲੈਂਦੇ ਰਹੋ। ਹਾਂਜੀ। ਬਾਕੀ ਅਗਰ ਨਾਨ ਵੈਜ ਲੈ ਲੈਣੇ ਹੋ ਤਾਂ ਉਹ ਵੀ ਲੈਂਦੇ ਰਹਿਣਾ। ਠੀਕ ਹੈ। ਤੇ ਬਾਕੀ ਮਲਟੀ ਵਿਟਾਮਿਨ ਖਾ ਰਹੇ ਹੋ ਤੁਸੀਂ? ਹਾਂਜੀ, ਉਹ ਰੈਗੂਲਰ ਲੈ ਰਹੇ। ਠੀਕ ਹੈ, ਉਹ ਵੀ ਰੈਗੂਲਰ ਹੀ ਰੱਖਿਓ। ਤੇ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਆਪਣੇ ਬਲੱਡ ਦੇ ਟੈਸਟ ਵੀ ਜ਼ਰੂਰ ਕਰਵਾਉਣੇ ਆ, ਤਾਂ ਕਿ ਅਗਰ ਬਾਡੀ ਸਪੀਡ ਡੈਫੀਸ਼ੀਐਂਸੀ ਹੋਵੇ ਆਪਾਂ ਨੂੰ ਰੂਲ ਆਊਟ ਕਰ ਲਈਏ। ਠੀਕ ਹੈ। ਠੀਕ ਹੈ ਜੀ, ਥੈਂਕ ਯੂ।